بسم اللہ الرحمن الرحیم السلام علیکم خریدے ਹੋਇਆ ਮਾਲ ਵਾਪਸ ਜਾਂ ਤਬਦੀਲ ਨਹੀਂ ਹੁੰਦਾ ਤੇ ਇੰਪੋਰਟਡ ਮਾਲ ਦੀ ਕੋਈ ਗਾਰੰਟੀ ਨਹੀਂ ਇਸ ਕਿਸਮ ਦੀ ਤਹਿਰੀਰ ਤੁਸੀਂ ਸਾਰਿਆਂ ਨੇ ਕਦੀ ਜ਼ਰੂਰ ਪੜ੍ਹੀ ਹੋਣੀ ਤੇ ਅਸੀਂ ਜਦੋਂ ਕੋਈ ਸ਼ੈ ਖਰੀਦ ਲੈਨੇ ਆ ਉਸ ਤੋਂ ਬਾਅਦ ਉਹ ਗੈਰ ਮਿਆਰੀ ਨਿਕਲੇ ਤੇ ਸਾਨੂੰ ਇੰਜ ਲੱਗਦਾ ਹੈ ਕਿ ਸਾਡਾ ਕੋਈ ਵੱਲੀ ਵਾਰਿਸ ਹੀ ਨਹੀਂ ਜਦਕਿ ਹਕੀਕਤ ਉਸ ਦੇ ਬਰਕਸ ਹੈ ਸੰ 2005 ਵਿੱਚ ਪਾਸ ਹੋਣ ਵਾਲੇ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਬਾਅਦ ਕੰਜ਼ਿਊਮਰ ਕੋਰਟਸ ਬਣਾਈਆਂ ਗਈਆਂ ਜਿਹਦੇ ਤਹਿਤ ਕਿਸੇ ਨੂੰ ਵੀ ਜਦੋਂ ਕੋਈ ਲੱਗੇ ਕਿ ਮੇਰੇ ਨਾਲ ਜਿਹੜੀ ਸਰਵਿਸ ਪ੍ਰੋਵਾਈਡ ਕੀਤੀ ਗਈ ਹੈ ਉਹ ਸਬਸਟੈਂਡਡ ਹੈ ਜਾਂ ਜੋ ਮੈਂ ਸ਼ੈ ਖਰੀਦੀ ਹੈ ਉਹ ਠੀਕ ਨਹੀਂ ਹੈ ਤੇ ਉਹ ਉਸ ਕੋਰਟ ਦੇ ਵਿੱਚ ਜਾ ਸਕਦਾ ਹੈ ਅੱਜ ਦਾ ਮوضوع ਇੰਤਹਾਈ ਅਹਿਮ ਹੈ ਕਿਉਂਕਿ ਅੱਜ ਅਸੀਂ ਗੱਲਬਾਤ ਕਰਾਂਗੇ ਉਹਨਾਂ ਸਾਰਫਾਂ ਦੇ ਬਾਰੇ ਵਿੱਚ ਜਿਹੜੇ ਆਪਣੀ ਹੱਕ ਹلال ਦੀ ਕਮਾਈ ਨਾਲ ਕੋਈ ਸ਼ੈ ਖਰੀਦੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਨਾਲ ਫਰਾਡ ਹੋ ਜਾਂਦਾ ਹੈ ਮੈਂ ਹਮਾਰਾ ਫਰਜ਼ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਬੈਠਕ ਵਿੱਚ ਖੁਸ਼ਾਮਦੀਦ ਕਹਿਣੀ ਹੈ ਤੇ ਸਾਡੇ ਅੱਜ ਦੇ ਮਹਿਮਾਨ ਨੇ ਰਾਉ ਅਫਜ਼ਲ ਸਾਹਿਬ ਡਾਇਰੈਕਟਰੇਟ ਆਫ ਕੰਜ਼ਿਊਮਰ ਪ੍ਰੋਟੈਕਸ਼ਨ ਕਾਉਂਸਲ ਦੇ ਡਿਪਟੀ ਡਾਇਰੈਕਟਰ ਲੀਗਲ ਉਹਨਾਂ ਦੇ ਨਾਲ ਤਸ਼ਰੀਫ ਫਰਮਾਨੇ ਸੀਨੀਅਰ ਸਹਾਫੀ ਜਨਾਬ ਮੀਆਂ ਸਫਰਮਾਨ ਸਾਹਿਬ ਸਰ ਤੁਹਾਡਾ ਦੋਹਾਂ ਦਾ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੀ ਇਸ ਬੈਠਕ ਲਈ ਵੇਲ ਕੱਢਿਆ ਤੇ ਗੱਲਬਾਤ ਦਾ ਆਗਾਜ਼ ਕਰਾਂਗੇ ਸਰ ਤੁਹਾਡੇ ਕੋਲੋਂ ਸਰ ਸਭ ਤੋਂ ਪਹਿਲਾਂ ਇਹ ਦੱਸੋ ਕਿ ਇਹ ਕੰਜ਼ਿਊਮਰ ਰਾਈਟਸ ਕੀ ਹੁੰਦੇ ਨੇ ਇੱਕ ਆਮ ਸ਼ਹਿਰੀ ਜਿਸ ਨੂੰ ਆਪਣੇ ਇਸ ਹੱਕ ਦੀ ਜਾਣਕਾਰੀ ਨਹੀਂ ਹੈ ਉਹਦੇ ਵਾਸਤੇ ਥੋੜਾ ਜਿਆਦਾ ਉੱਤੇ ਚਾਨਣ ਪਾਓ ਸਰ ਦੁਨੀਆ ਦਾ ਸੂਲ ਇਹ ਹੈ ਕਿ ਜਿੱਥੇ ਹਕੂਕ ਨੇ ਉੱਥੇ ਫਰੈਜ਼ ਨੇ ਹਮੇਸ਼ਾ ਜਿਹੜਾ ਵੀ ਤੁਸੀਂ ਕੰਮ ਕਰੋ ਜਿਹੜਾ ਵੀ ਦੁਨੀਆ ਦਾ ਕੋਈ ਵੀ ਕੋਈ ਵੀ ਸ਼ੌਭਾ ਸ਼ੌਕ ਤੁਸੀਂ ਦੇਖ ਲਓ ਤੁਹਾਨੂੰ ਪਤਾ ਲੱਗ ਜਾਏਗਾ ਕਿ ਸੂਲ ਅਸੂਲ ਇਹ ਹੈ ਕਿ ਹੱਕ ਨੇ ਤੇ 프라이ਸ ਨੇ ਬਿਲਕੁਲ ਹੁਣ ਅਸੀਂ ਆਨੇ ਆ ਕੰਜ਼ਿਊਮਰ ਪ੍ਰੋਟੈਕਸ਼ਨ ਤਰਫ ਕੰਜ਼ਿਊਮਰ ਰਾਈਟਸ ਜਿਹੜੇ ਨੇ ਇੱਕ ਬੰਦੇ ਨੇ ਕੋਈ ਸ਼ੈਅ ਲਈ ਉਹਨੇ ਪੈਸੇ ਦਿੱਤੇ ਉਹਨੇ ਕੋਈ ਸਰਵਿਸ ਲਈ ਉਹਨੇ ਪੈਸੇ ਦਿੱਤੇ ਉਹ ਆਪਣੀ ਸੈਟੀਸਫੈਕਸ਼ਨ ਵਾਸਤੇ ਲੈ ਰਿਹਾ ਉਹ ਪੈਸੇ ਦੇ ਰਿਹਾ ਕਨਸਟੀਟਿਊਸ਼ਨ ਦੇ ਰਿਹਾ ਉਹਦੀ ਕੀਮਤ ਦੇ ਰਿਹਾ ਉਹਦੇ ਪੈਸੇ ਉਹ ਆਪਣੀ ਸੈਟੀਸਫੈਕਸ਼ਨ ਵਾਸਤੇ ਕੋਈ ਚੀਜ਼ ਲੈਂਦਾ ਹੈ ਅਗਰ ਕੋਈ ਚੀਜ਼ ਉਹਨੂੰ ਸੈਟੀਸਫਾਈ ਨਹੀਂ ਕਰਦੀ ਉਹਦੀ ਯੂਟਿਲਿਟੀ ਉਹਦੇ ਖਿਲਾਫ ਜਾ ਰਹੀ ਹੈ ਤੇ ਉਹਦੇ ਰਾਈਟਸ ਵਾਇਲਟ ਹੋ ਰਹੇ ਨੇ ਵਾਇਲਟ ਹੋ ਰਹੇ ਨੇ ਤੇ ਉਹਦੇ ਵਾਸਤੇ ਉੱਠ ਸਕਦਾ ਹੈ ਤੇ ਉਹਦੇ ਵਾਸਤੇ ਅੱਗੇ ਫਿਰ ਬੌਮ ਲਾਤ ਨੇ ਕੰਜ਼ਿਮਪਸ਼ਨ ਐਕਟ ਹੈ ਉਹਦੀ ਇੰਪਲੀਮੈਂਟੇਸ਼ਨ ਹੈ ਉਹਦੇ ਪ੍ਰੋਸੀਜਰ ਹੈ ਉਹਨੂੰ ਅਡਾਪਟ ਕਰਦੇ ਹੋਏ ਉਹ ਆਪਣੇ ਹੱਕ ਲੈ ਸਕਦਾ ਸਰ ਤੁਸੀਂ ਇਹ ਅਰਜ਼ ਕਰੋ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਕੰਜ਼ਿਊਮਰ ਰਾਈਟਸ ਦੇ ਹਵਾਲੇ ਨਾਲ ਜਿਹੜੇ ਕਾਨੂੰਨ ਮੌਜੂਦ ਨੇ ਤੇ ਜਿਹੜੇ ਹਕੂਕ ਕਿਸੇ ਵੀ ਸਾਰਫ ਨੂੰ ਦਿੱਤੇ ਜਾ ਰਹੇ ਨੇ ਤੁਹਾਡੇ ਖਿਆਲ ਵਿੱਚ ਕਿ ਉਹ ਕਾਫੀ ਨੇ ਜਾਂ ਸਾਨੂੰ ਕੋਈ ਮਜ਼ੀਦ ਕਾਨੂੰਨ ਦੀ ਵੀ ਜ਼ਰੂਰਤ ਹੈ ਨਹੀਂ ਦੇਖੋ ਕਾਨੂੰਨ ਦਾ ਜਿਹੜਾ ਇਸ਼ੂ ਹੈ ਨਾ ਜੀ ਇਹ ਬੜਾ ਪੁਰਾਣਾ ਚੱਲਦਾ ਆ ਰਿਹਾ ਸਾਡੇ ਮੁਲਕ 'ਚ ਬਹੁਤ ਸਾਰੇ ਕਾਨੂੰਨ ਨੇ ਕਮਨ ਇੰਨ ਦਾ ਨੀਗਾ ਕੋਈ ਇਤਨਾ ਬੜਾ ਇਸ਼ੂ ਜਿਸ ਤਰ੍ਹਾਂ ਉਹਦੀ ਇੰਪਲੀਮੈਂਟੇਸ਼ਨ ਹੈ ਔਰ ਉਹਦੀ ਅਵੇਰਨੈਸ ਹੈ ਜੀ ਯਾਨੀ ਲੋਕਾਂ ਦੇ ਵਿੱਚ ਆਮ ਤੌਰ ਤੇ ਤਾਂ ਸਰੇ ਕੇ ਜੀ ਸਾਾਨੂੰ ਅਗਰ ਕੋਈ ਲੁੱਟਮਾਰ ਕਰ ਲੈਂਦਾ ਦੁਕਾਨਦਾਰ ਕਰ ਲੈਂਦਾ ਤੁਸੀਂ ਦੇਖੋ ਕਾਰ ਮਕੈਨਿਕ ਵਾਰ ਤੁਸੀਂ ਕਦੀ ਗੱਡੀ ਠੀਕ ਕਰਾਣ ਜਾਂਦੇ ਹੋ ਸਰ ਉਹ ਤੁਹਾਨੂੰ ਉਹ ਹੀ ਪੁਰਦਾ ਦਿਖਾ ਦੇਗਾ ਕਿ ਜੀ ਇਹ ਅਸਲੀ ਹੈ ਨਕਲੀ ਹੈ ਕੋਈ ਸਮਝ ਨਹੀਂ ਆਂਦੀ ਇਹ ਤਾਈਵਾਨ ਦਾ ਹੈ ਜਾਪਾਨ ਦਾ ਜੀ ਫਲਾਮ ਮੁਲਕ ਦਾ ਅੱਛਾ ਤੁਸੀਂ ਕਿਉਂਕਿ ਲੇਮਨ ਹੁੰਦੇ ਹੋ ਜਿਹੜਾ ਗੱਡੀ ਦਾ ਮਾਲਕ ਹੁੰਦਾ ਉਹ ਇੰਨਾ ਐਕਸਪਰਟ ਤੇ ਹੁੰਦਾ ਹੀ ਨਹੀਂ ਇੰਨਾ ਚੀਜ਼ਾਂ ਦਾ ਉਹ ਤੁਹਾਡੇ ਸਾਹਮਣੇ ਤੁਹਾਡੀਆਂ ਅੱਖਾਂ 'ਚ ਮਿਰਚਾਂ ਪਾ ਕੇ ਤੁਹਾਨੂੰ ਚੀਜ਼ ਐਸੀ ਨਖਾਲਸ ਦੀ ਜਾਂ ਗਲਤ ਚੀਜ਼ ਇਸੇ ਤਰ੍ਹਾਂ ਖਾਣੇ ਦਾ ਜਿਹੜਾ ਖਾਣਾ ਤੇ ਨਿਰਈ ਜ਼ਹਿਰ ਹੈ ਨਾ ਜੀ ਅੱਛਾ ਔਰ ਉਹਦੇ ਵਿੱਚ ਬਾਦਗਤ ਹੁੰਦਾ ਕਿ ਅਗਰ ਕਸਟਮਰ ਜਾਂ ਕੰਜ਼ਿਊਮਰ ਜਿਹੜਾ ਸਾਰਫ ਏ ਵਿਜੀਲੈਂਸ ਰੱਖੇ ਥੋੜੀ ਤੇ ਉਹਦੇ ਨਾਲ ਵੀ ਫਰਕ ਪੈ ਸਕਦਾ ਲੇਕਿਨ ਮੇਰਾ ਜ਼ਾਦੀ ਖਿਆਲ ਹੈ ਕਿ ਕੰਜ਼ਿਊਮਰ ਪ੍ਰੋਟੈਕਸ਼ਨ ਦਾ ਬੁਨਿਆਦੀ ਕਨਸੈਪਟ ਏ ਉਹ ਇਹੀ ਹੈ ਕਿ ਉਹਨਾਂ ਨੂੰ ਅਵੇਅਰਨੈਸ ਦੇਣੀ ਕਿ ਉਹਨਾਂ ਨੂੰ ਲੀਗਲ ਫੋਰਮ ਦੇਣਾ ਸਰ ਔਰ ਇਕੇਗਾ ਕਿ ਉਹਨਾਂ ਨੂੰ ਉਹ ਖੁਦ ਉਹਨਾਂ ਨੂੰ ਪਾਵਰ ਕਰਨਾ ਕਿ ਹਾਊ ਟੂ ਗੋ ਅਬਾਊਟ ਇਹ ਬੁਨਿਆਦੀ ਤਾਂ ਇਸ਼ੂ ਹੈ ਕਿ ਅਵੇਰਨੈਸ ਦਾ ਲੋਕਾਂ ਜੇਕਰ ਅਵੇਰਨੈਸ ਆ ਜਾਏ ਮਮਕਨ ਹੈ ਸਾਡੇ ਪ੍ਰੋਗਰਾਮ ਨਾਲ ਵੀ ਕਾਫੀ ਲੋਕ ਇਹ ਸਮਝ ਜਾਣਗੇ ਔਰ ਉਹ ਸਾਹਿਬ ਵੀ ਮਜੀਦ ਇਰਤ ਦੱਸਣਗੇ ਕਿ ਲੋਕ ਆਪਣੇ ਰਾਈਟ ਲਈ ਜੇਕਰ ਜਾ ਕੇ ਕੋਰਟਸ ਜਾਂਦੇ ਨੇ ਜਾਂ ਕਾਉਂਸਲ ਤੇ ਜਾਂਦੇ ਨੇ ਤਾਂ ਉਹਨਾਂ ਨੂੰ ਉਹਦਾ ਰਿਲੀਫ ਮਿਲ ਸਕਦਾ ਹੈ ਲੇਕਿਨ ਅਸੀਂ ਇੱਕ ਤਾਰੀ ਕਰ ਲਿਆ ਕਿ ਬਸ ਜਨਾਬ ਅਸੀਂ ਚੀਜ਼ ਲੈ ਲਈ ਸਾਡੀ ਐਕਸਪਲੋਇਟੇਸ਼ਨ ਹੋ ਗਈ ਹੋ ਗਈ ਆਦਰਵਾਇਜ਼ ਤੁਹਾਨੂੰ ਉਹ ਜਿਹੜਾ ਐਕਸਪਲੋਇਟਰ ਹੈ ਨਾ ਜੀ ਜਿਹੜਾ ਤੁਹਾਡਾ ਇਸਤੇਮਾਲ ਕਰ ਰਿਹਾ ਉਹ ਕਦੀ ਨਹੀਂ ਰੁਕੇਗਾ ਉੰਕੇ ਇਸ ਤਰ੍ਹਾਂ ਰੁਕੇਗਾ ਕਿ ਤੁਹਾਡੀ ਜਿਹੜਾ ਆਗਾਹ ਕਿਸਮ ਦੀ ਕੌਮ ਜਾਂ ਸਰਫ ਜਾਂ ਸਿਵਲ ਸੁਸਾਇਟੀ ਅਗਿਆਏਗੀ ਤੋ ਉਹਨੂੰ ਇੱਕ ਥੋੜਾ ਜਿਆਦਾ ਜਿੰਨੇ 티ਕਰ ਨੂੰ ਸਜ਼ਾ ਨਹੀਂ ਮਿਲੇਗੀ ਉਹ ਨਹੀਂ ਉਹ ਸਮਝੇਗਾ ਕਿ ਮੇਰਾ ਮੇਰਾ ਹਿਤਾਬ ਹੋ ਰਿਹਾ ਕਿਦ ਤਰ੍ਹਾਂ ਕਿਦ ਠੀਕ ਠੀਕ ਸਰ ਬਹੁਤ ਖੂਬਸੂਰਤ ਗੱਲ ਕੀਤੀ ਤੇ ਜਿਵੇਂ ਇਹਨਾਂ ਕਿਹਾ ਕਿ ਵਕੀਲ ਦੀ ਵੀ ਜ਼ਰੂਰਤ ਨਹੀਂ ਹੁੰਦੀ ਪਲੇਨ ਪੇਪਰ ਤੇ ਜਾ ਕੇ ਤੇ ਇਸ ਬਾਰੇ ਥੋੜੀ ਜਾਣਕਾਰੀ ਦਿਓ ਕਿ ਕਿਸੇ ਦੇ ਨਾਲ ਆਨਲਾਈਨ ਜਾਂ ਕਿਸੇ ਵੀ ਤਰੀਕੇ ਦਾ ਫਰਾਡ ਹੋਇਆ ਹੁਣ ਉਸ ਨੂੰ ਅਗੋਂ ਕੀ ਲੀਗਲ ਸਟੈਪ ਚੁੱਕਣਾ ਚਾਹੀਦਾ ਹੈ ਉਹ ਕਿਵੇਂ ਕਰਕੇ ਕੋਰਟੇ ਜਾ ਸਕਦਾ ਹੈ ਉਹ ਵਕੀਲ ਅਫੋਰਡ ਨਹੀਂ ਕਰ ਸਕਦਾ ਇਸ ਸਿਚੁਏਸ਼ਨ ਇਚ ਤੁਸੀਂ ਉਸ ਨੂੰ ਕੀ ਪ੍ਰੋਵਾਈਡ ਕਰਦੇ ਹੋ ਮੇਰਾ ਖਿਆਲ ਪਾਕਿਸਤਾਨ ਸਿੰਪਲਿਸਟ ਇਹ ਕਾਨੂੰਨ ਹੈ اچھا ਇੰਦੇ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ ਜੋ ਸਾਰਫ ਹੈ ਖੁਦ ਹੀ ਸਭ ਕੁਝ ਕਰ ਸਕਦਾ ਹੈ ਠੀਕ ਹੋ ਗਿਆ ਹੁਣ ਬੇਸਿਕਲੀ ਇੰਦੇ ਵਿੱਚ ਦੋ ਫੋਰਮ ਨੇ ਇੱਕ ਗੱਲ ਸਮਝਣ ਵਾਲੀ ਹੈ ਇੰਦੇ ਵਿੱਚ ਦੋ ਫੋਰਮ ਨੇ ਸਰ ਇੱਕ ਅਥਾਰਟੀ ਹੈ ਔਰ ਇੱਕ ਕੰਜ਼ਿਊਮਰ ਕੋਰਟ ਹੈ ਠੀਕ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਤਹਿਤ ਜਿਹੜਾ ਮੁਤਲਕਾ ਡਿਪਟੀ ਕਮਿਸ਼ਨਰ ਹੈ ਉਹ ਜ਼ਿਲ੍ਹੇ ਦਾ ਉਹ ਅਥਾਰਟੀ ਹੈ ਉਹਨਾਂ ਦੇ ਕੋਲ ਬੜੀ ਮਹਦੂਦ ਅਧਿਕਾਰ ਹੁੰਦੇ ਨੇ ਔਰ ਸਿਰਫ ਉਹ ਫਾਈਨ ਕਰ ਸਕਦਾ ਉਹ ਸਿੰਪਲ ਇੱਕ ਬੰਦਾ ਜਾਵੇ ਅਗਰ ਚੀਜ਼ਾਂ ਦੇਖੇ ਕਿ ਇੱਕ ਚੀਜ਼ ਮੈ ਲਈ ਉਹ ਇੱਕ ਚੀਜ਼ ਲਈ ਉਹਦੇ ਚ ਡੇਡ ਮੈਨੂਫੈਕਚਰਿੰਗ ਨਹੀਂ ਹੈ ਐਕਸਪਾਇਰੀ ਨਹੀਂ ਹੈ ਉਹਦੇ ਤੇ ਉਹਨੇ ਕੰਪੋਨੈਂਟਸ ਪਾਰਟਸ ਇНГਰੀਡੀਐਂਟਸ ਲਿਖੇ ਹੋਏ ਹਾਂਜੀ ਉਹ ਦਾ ਸਟੈਂਡਰਡ ਮੇਨਟੇਨ ਨਹੀਂ ਕਿ ਉਹ ਉਹ ਚੀਜ਼ ਤੇ ਨਹੀਂ ਲਿਖਿਆ ਹੋਇਆ ਤੇ ਜਾ ਕੇ ਆਪਣੇ ਮੁਤਲਕਾ ਡੀਸੀ ਨੂੰ ਉਹ ਸ਼ਿਕਾਇਤ ਕਰ ਦੇਵੇ ਔਰ ਉਹ ਡਿਪਟੀ ਕਮਿਸ਼ਨਰ ਦੇਖਣ ਤੋਂ ਬਾਅਦ ਸੁਣਨ ਤੋਂ ਬਾਅਦ ਉਹਨੂੰ 50000 ਰੁਪਏ ਤੱਕ ਜੁਰਮਾਨਾ ਕਰ ਸਕਦਾ ਹੈ। ਅੱਛਾ ਅੱਛਾ ਇੱਕ ਗੱਲ ਹੋ ਗਈ ਏ ਇੰਦੇ ਸਿਰਫ ਮਿਲਦਾ ਫਾਈਨ ਹੁੰਦਾ ਔਰ ਫਾਈਨ ਚਾਜ ਜਾਂਦਾ ਗਵਰਨਮੈਂਟ ਐਕਸੈਕਟ ਕਰਦੇ ਵਿੱਚ। ਠੀਕ ਜਿੱਤੇ ਅਸੀਂ ਸਮਝਾਂਗੇ ਅਸੀਂ 빙 ਪਾਕਿਸਤਾਨੀ ਸਾਡੇ ਟ੍ਰੈਂਡ ਹੈ ਕਿ ਸਾਨੂੰ ਕੀ ਫਾਇਦਾ ਹੋਇਆ। ਅਸੀਂ ਇਹ ਨਹੀਂ ਸਮਝਾਂਗੇ ਕਿ ਅਸੀਂ ਸੋਸਾਇਟੀ ਵਾਸਤੇ ਕੁਝ ਕਰ ਰਹੇ ਹਾਂ ਉਹ ਕੋ ਡੈਟੈਂਟ ਪੈਦਾ ਹੋ ਰਹੀ ਏ ਅਸੀਂ ਇਸ ਬਤ ਜਾਂਦੇ ਹੀ ਨਹੀਂ ਹੈਗੇ। ਅਸੀਂ ਮਨਹਾਸਲ ਕੌਮ ਇਸ ਕੋ ਪਾਸੇ ਟੁਰ ਪਏ ਆ। ਇਸ਼ੂ ਏ ਹੈ ਕਿ ਉਹ ਤੇ ਹੋ ਗਿਆ ਜੁਰਮਾਨਾ। ਠੀਕ ਜੁਰਮਾਨਾ ਤਾਂ ਲੱਗਿਆ ਗਵਰਨਮੈਂਟ ਐਕਟ ਦੇ ਵਿੱਚ ਹੁਣ ਦੂਸਰਾ ਫਾਰਮ ਹੈ ਕੰਜ਼ਮਰ ਕੋਡ ਇੱਕ ਕੋਈ ਚੀਜ਼ ਅਗਰ ਕੋਈ ਫਾਲਟੀ ਸਰਵਿਸ ਕੋਈ ਲੰਦ ਦਿੰਦਾ ਪਿਆ ਜਾਂ ਕੋਈ ਡਿਫੈਕਟਿਵ ਪ੍ਰੋਡਕਟ ਦੇ ਰਿਹਾ ਹੂੰ ਉਹਦੇ ਖਿਲਾਫ ਹੋਏਗਾ ਕੀ ਕਿ ਤੁਸੀਂ ਕੋਈ ਚੈ ਲਈ ਉਹ ਡਿਫੈਕਟਿਵ ਨਿਕਲਾਈ ਤੁਸੀਂ ਕੀ ਕਰੋਗੇ ਸੈਕਸ਼ਨ ਇਹਦਾ 28 1 ਹੈ ਜਿੰਦੇ ਤਹਿਤ ਇਹ ਜ਼ਰੂਰੀ ਹੈ ਮੰਡੀਟਰੀ ਹੈ ਕਿ ਤੁਸੀਂ ਉਸ ਵਾਇਲੇਟਰ ਨੂੰ ਇੱਕਲੀਗ ਨੋਟਿਸ ਦਿਓਗੇ ਸਿੰਪਲ ਪਲੇਨ ਪੇਪਰ ਤੇ ਠੀਕ ਹੈ ਕਿ ਜਦੋਂ ਮੈਂ ਤੁਹਾਡੇ ਕੋਲੇ ਸ਼ੈ ਲਈ ਹੂੰ ਇਹ ਖਰਾਬ ਨਿਕਲੀ ਏ ਠੀਕ ਇਹ ਮੇਰੀ ਵਾਪਸ ਕਰ ਲੋ ਯਾ ਮੇਰੇ ਪੈਸੇ ਵਾਪਸ ਕਰ ਦਿਓ। ਅਗਰ ਤੁਸੀਂ ਨਹੀਂ ਕਰੋਗੇ ਤੇ ਮੈਂ ਕਾਨੂੰਨੀ ਰਿਕਾਰਡ ਚ ਕੇਸ ਫਾਈਲ ਕਰਾਂਗਾ। ਇਹ ਸਾਦਾ ਕਾਗਜ਼ ਲਿਖਦੇ ਉਹਨਾਂ ਨਾਲ ਨਾਲ ਉਹ ਵੀ ਇਹ ਵੀ ਕਹੇਗਾ ਕਿ ਮਸਲਨ ਕਿ ਮੇਰਾ ਇਹਨਾਂ ਨੂੰ ਨੁਕਸਾਨ ਹੋਇਆ ਮੈਨੂੰ ਮੈਂਟਲ ਟੌਰਚਰ ਹੋਇਆ ਫਿਜ਼ੀਕਲ ਸਟ्रेस ਹੋਇਆ ਲਾਫਟਸ ਆਫ ਟਾਈਮ ਹੋਇਆ ਲਾਫਟਸ ਆਫ ਮਨੀ ਹੋਈ ਹੈ ਤੇ ਮੈਂ ਮੈਨੂੰ ਇਹਨਾਂ ਹਰਜਾਨਾ ਦਿਓ। ਅੱਛਾ ਇਹਦੇ ਵਿੱਚ ਹਰਜਾਨਾ ਵੀ ਕਰ ਸਕਦੇ ਹਾਂ। ਹਾਂਜੀ ਹਰਜਾਨਾ ਹੋ ਗਿਆ। ਠੀਕ। ਹਰਜਾਨਾ ਅਨਲਿਮਿਟਿਡ ਹੈ ਜਿੰਨਾ ਮਰਜ਼ੀ ਕਲੀਮ ਕਰੋ। ਹੁਣ ਮਸਲਨ ਨਾਲ ਵਿਸਾਲ ਦੇ ਦਿਓ। ਸਹੀ। ਕਿ ਮੇਰੀ ਸ਼ਾਦੀ ਹੈ। ਇੱਕ ਜਿਹੇ ਚਾਦੀ ਹੈ ਹੂੰ ਉਹਦਾ ਸੂਟ ਹੈ ਹੁਣ ਸੂਟ ਹੈ 10000 ਦਾ 20000 ਦਾ ਸਹੀ ਹੋ ਗਿਆ ਉਹਨੇ ਸੂਟ ਖਾਕ ਕਰ ਦਿੱਤਾ ਠੀਕ ਦਰਜੀ ਨੇ ਸੂਟ ਖਾਕ ਕਰ ਦਿੱਤਾ ਠੀਕ ਭਈ ਉਹਦਾ ਕਿਤਨਾ ਕੈਸਾ ਮੌਕਾ ਹੈ ਉਥੇ 20000 ਦੀ ਗੱਲ ਨਹੀਂ ਹੈ ਉਥੇ ਉਹਨੇ ਜ਼ਿੰਦਗੀ ਦਾ ਮਾਮਲਾ ਹੈ ਉਹਦੀ ਜ਼ਿੰਦਗੀ ਦੀ ਖੁਸ਼ੀ ਹੈ ਬਿਲਕੁਲ ਉਥੇ ਡੈਮੇजेस ਲਾ ਮਦਦ ਹੋ ਜਣਗੇ ਉਹ ਕੋਰਟ ਚਾਏਗਾ ਉਹ ਬੰਦਾ ਚਾਏਗਾ ਸਰਵ ਚਾਏਗਾ ਜਿਹਨੇ ਮਰਜ਼ੀ ਕਲੇਮ ਕਰੇ ਉਸ ਕੋਰਟ ਗ੍ਰਾਂਟ ਕਰੇਗੀ ਠੀਕ ਹੋ ਗਿਆ ਕੋਰਟ ਗਾਰਡ ਕਰੇਗੀ ਕੋਰਟ ਇਨਸ਼ੋਰ ਕਰੇਗੀ ਕਿ ਜਿਹੜਾ ਤੁਸੀਂ ਹਰਜਾਨਾ ਮੰਗ ਰਹੇ ਹੋ ਉਹ ਭਾਵੇਂ ਜਿੰਨਾ ਵੀ ਹੋਵੇ ਜਿੰਨਾ ਵੀ ਹੋਵੇ ਉਹ ਖੁਦ ਦੇਖ ਲੈਣਗੇ ਨਾ ਫਿਰ ਅੱਗੇ ਜਾ ਕੇ ਪ੍ਰੋਸੀਜਰ ਹੋਏਗਾ ਇੱਕ ਗੱਲ ਹੋਰ ਜ਼ਿਹਨ ਚ ਰੱਖਣੀ ਹੈ ਕਿ ਜੇ ਲਿਗਨੋਟਸ ਹੋਏਗਾ ਉਸ ਸਰਵਿਸ ਤੇ ਤੈਹ ਦੇਣਾ ਤੁਹਾਨੂੰ ਉਹਦੇ ਖਿਲਾਫ ਇੱਕ ਰਸੀਦ ਮਿਲੇ ਉਹਦੇ ਅਗੇਂਸਟ ਤੁਹਾਨੂੰ ਰਸੀਦ ਮਿਲੇ ਕਿ ਕੱਲ ਤੁਸੀਂ ਕੋਰ ਜਾ ਕੇ ਇਹ ਸਾਬਤ ਕਰ ਦਿਓ ਕਿ ਜੀ ਮੈਂ ਪ੍ਰੋਪਰਲੀ ਇਹਨੂੰ ਸਰਵ ਕੀਤਾ ਹੈ ਹੂੰ ਦੋ ਗੱਲਾਂ ਹੋਣਗੀਆਂ ਪਲੇਨ ਪੇਪਰ ਤੇ ਨੋਟਿਸ ਭੇਜੇ ਦੋ ਗੱਲ ਹੋਗੇ ਥਰੂ ਕੋਰੀਅਰ ਰਜਿਸਟਰ ਲਾਗਦੇ ਹੋਗੇ ਠੀਕ ਹੈ ਉੰਦਰ ਸੀਧਾ ਪਰ ਉਹ ਸਵਾਲ ਰੱਖੋਗੇ ਆਪਣੇ ਕੋਲ ਸਵਾਲ ਰੱਖੋ ਸਹੀ ਅੱਛਾ ਜੀ ਹੁਣ 15 ਦਿਨ ਇੰਤਜ਼ਾਰ ਕਰੋਗੇ ਸਹੀ ਅਗਰ 15 ਦਿਨ ਦੇ ਵਿੱਚ ਉਹ ਵਾਇਲੇਟਰ ਜਿਹਨੇ ਤੁਹਾਨੂੰ ਚੀਜ਼ ਦਿੱਤੀ ਹੈ ਤੁਹਾਨੂੰ ਗਲਤ ਸਰਵਿਸ ਦਿੱਤੀ ਹੈ ਉਹ ਤੁਹਾਡਾ ਨਾਲ ਰਾਬਤਾ ਕਰਦਾ ਹੈ ਉਹ ਤੁਹਾਡਾ ਨਾਲ ਕੋਈ ਨੀਗੋਸ਼ੀਏਟ ਕਰਨਾ ਚਾਹੁੰਦਾ ਹੈ ਕੋਈ ਮਾਮਲਾ ਹੱਲ ਕਰਨਾ ਚਾਹੁੰਦਾ ਹੈ ਉਹ ਤੁਹਾਡੀ ਮਰਜ਼ੀ ਸ਼ਾਮਲ ਹੈ ਅੱਛਾ ਆਊਟ ਆਫ ਕੋਰਟ ਸੈਟਲਮੈਂਟ ਦਾ ਵੀ ਪ੍ਰੋਸੀਜਰ ਹੈ ਸਾਡੇ ਕੋਲ ਠੀਕ ਹੋ ਗਿਆ ਔਰ ਸਿਰਫ ਚੰਦ ਹੈ ਕਿ ਜੀ ਮੈਂ ਚਲੋ ਮੈਂ ਮੈਂ ਅਗੇ ਇਸ ਨੂੰ ਲਿੰਗਰੋਂ ਨਹੀਂ ਕਰਦਾਗਾ ਤੇ ਮਾਮਲਾ ਹੱਲ ਕਰ ਲੈਣ ਦੇ ਬੈਠ ਕੇ ਗੱਲਬਾਤ ਕਰਕੇ ਜਿੱਦਾਂ ਉਹ ਸੈਟੀਸਫਾਈ ਹੋਵੇ ਉਹ ਮਾਮਲਾ ਕਰ ਲਵੇ ਠੀਕ ਅਗਰ ਇਹ ਵੀ ਨਹੀਂ ਮਾਮਲਾ ਹੁੰਦਾ ਤੇ 15 ਦਿਨ ਗੁਜ਼ਰਨ ਤੋਂ ਬਾਅਦ ਉਸ ਲੀਗਲ ਨੋਟਿਸ ਦੀ ਬੇਜ ਤੇ ਇੱਕ ਦਰਖਾਸਤ ਪਾਓਗੇ ਤੁਸੀਂ ਕੰਜ਼ਿਊਮਰ ਕੋਰਟ ਦੇ ਨਾਮ ਜੱਜ ਸਾਹਿਬ ਨੂੰ ਲਿਖੋ ਐਡਰੈਸ ਕਰੋਗੇ ਉਹਦੇ ਨਾਲ ਲੀਗ ਨੋਟਿਸ ਲਾਓਗੇ ਇੱਕ ਦਰਖਾਸਤ ਜੱਜ ਸਾਹਿਬ ਦੇ ਨਾਮ ਲਿਖੋਗੇ ਔਰ ਲੀਗਲ ਨੋਟਿਸ ਤੇ சாਤੀਕਰ ਦੀ ਕਾਪੀ ਤੇ ਜਿਹੜੀ ਤੁਸੀਂ ਕੋਰੀਅਰ ਕੀਤੀ ਸੀ ਉਹਦੀ ਕਾਪੀ ਨਾਲ ਲਾ ਕੇ ਮਤਲਕਾ ਕੰਜ਼ਿਊਮਰ ਕੋਰਟ 'ਚ ਉਹ ਕੇਸ ਫਾਈਲ ਕਰ ਦਿਓਗੇ ਠੀਕ ਹੋ ਗਿਆ अच्छा जी। ਹੁਣ ਇਹ ਗੱਲ ਹੋ ਗਈ ਕੇਸ ਫਾਈਲ ਹੋ ਗਿਆ। ਅਗਰ ਤੁਸੀਂ ਫੀਸ ਦੇ ਦਿੰਦੇ ਹੋ। ਵਕੀਲ ਦੇ ਵਕੀਲ ਨੂੰ ਤੁਸੀਂ ਫੀਸ ਦੇ ਰਹੇ 50000 ਰੁਪਏ। ਸਹੀ। ਲੱਖ ਰੁਪਏ, 2 ਲੱਖ, 10 ਲੱਖ, 50 ਲੱਖ, 1 ਕਰੋੜ। ਉਹ ਵਕੀਲ ਸਾਹਿਬ ਆਪਣਾ ਰਸੀਦ ਨਾਲ ਨਾਲ ਲਗਾ ਦੇਣਗੇ। ਰਸੀਦ ਲੱਗੀ ਨਾਲ ਉਸ ਕਾਗਜ਼ਾਂ ਦੇ ਕਿ ਮੈਂ 1 ਕਰੋੜ ਫੀਸ ਵੀ ਵਸੂਲ ਕੀਤੀ। ਹੂੰ। ਹੁਣ ਕੇਸ ਟਾਇਲ ਹੋਏਗਾ। ਕੇਸ ਟਾਇਲ ਹੋਣ ਤੋਂ ਬਾਅਦ ਜੱਜ ਸਾਹਿਬ ਨੇ ਫੈਸਲਾ ਅਗਰ ਸਰਫ ਦੇ ਹੱਕ ਚ ਕਰ ਦਿੱਤਾ ਤੇ ਤਮਾਮ ਲਿਟੀਗੇਸ਼ਨ ਚਾਰਜਸ ਤੁਸੀਂ ਉਹਦੇ ਕੋਲੋਂ ਰੀਸੀਵ ਕਰ ਸਕੋਗੇ ਇਹ ਤੁਸੀਂ ਬਹੁਤ ਹੀ ਖੂਬਸੂਰਤ ਗੱਲ ਕੀਤੀ ਮੈਂ ਸਭ ਥੋੜਾ ਜਿਹਾ ਇਹ ਅਰਜ਼ ਕਰੋ ਕਿ ਤੁਹਾਨੂੰ ਨਹੀਂ ਲੱਗਦਾ ਕਿ ਸਾਨੂੰ ਆਪਣੇ ਨਸਾਬ ਦੇ ਵਿੱਚ ਕੋਈ ਇੱਕ ਅਦਾ ਚੈਪਟਰ ਐਡ ਕਰਨਾ ਚਾਹੀਦਾ ਹੈ ਕੰਜ਼ਿਊਮਰ ਰਾਈਟਸ ਦੇ ਹਵਾਲੇ ਨਾਲ ਤਾਂ ਕਿ ਸਾਡੀ ਆਵਾਮ ਦੇ ਵਿੱਚ ਅਵੇਰਨੈਸ ਆਏ ਕਿ ਇਹ ਹੱਕ ਵੀ ਸਾਡੇ ਕੋਲ ਮੌਜੂਦ ਹੈ ਲੋਕਾਂ ਚ ਲਈ ਇੱਕ ਇਹਦੀ ਅਵੇਰਨੈਸ ਦਾ ਇਹ ਲੈਵਲ ਹੈ ਕਿ ਗਾਲਬਨ 1% ਵੀ ਲੋਕ ਆਪਣਾ ਇਹ ਰਾਈਟ ਕਲੇਮ ਨਹੀਂ ਕਰਦੇ ਹਾਲਾਂ ਇਹ ਜਿਹੜਾ ਰਾਈਟ ਹੈ 1% ਜਾਂ 2% ਹੋਣਗੇ ਲੋਕ ਬਹੁਤ ਕਮ ਨੇ لیکن ਜਿੰਨੀ ਗੱਲਾਂ ਸਾਡੇ ਨੋਟਿਸਾਂ ਆਈਆਂ ਖਬਰਾਂਾਂ ਦੀਆਂ ਮੀਡੀਆ ਦੇ ਵਿੱਚ ਉਹ ਜੋ ਜਿੰਨੇ ਜਿੰਨੇ ਲੋਕਾਂ ਨੇ ਕੀਤਾ ਉਹਨਾਂ ਨੂੰ ਇਹਦਾ ਰਿਲੀਫ ਮਿਲਿਆ ਇਹ ਗੱਲ ਜਿਹੜੀ ਹੈ ਇਹ ਬਦਤ ਖੁਦ ਬੜੀ ਹੌਸਲਾ ਵਜ਼ਾਇਆ ਕਿ ਰਿਲੀਫ ਮਿਲ ਜਾਂਦਾ ਕਿਉਂਕਿ ਆਮ ਤੌਰ ਤੇ ਸਾਡਾ ਇੱਕ ਬਿਲੀਫ ਜਿਆ ਬਣ ਗਿਆ ਇੱਕ ਅਸੀਂ ਗਲਤ <li>ਤਸਵਰਾਤ ਜਾਂ ਬਿਲੀਫ ਚ ਚਲੇ ਗਏ ਆ ਕਿ ਜੇ ਆ ਕੋਰਟ ਚ ਜਾਈਏ ਤੇ ਬੜੀ ਲੰਮੀ ਲਿਟੀਗੇਸ਼ਨ ਹੁੰਦੀ ਹੈ ਕੁਛ ਨਹੀਂ ਹੁੰਦਾ ਉਹ ਕਹਿੰਦੇ ਨੇ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਡਿਲੇਡ ਜਸਟਿਸ ਹੈ ਜਾਂ ادارے ਜਿਸ ਤਰ੍ਹਾਂ ਕੰਜ਼ਿਊਮਰ ਰੈਪਰੋਡਕਸ਼ਨ ਕਾਉਂਸਲ ਹੈ ਕਿ ਜੇ ਉਹਦੇ ادارے ਤੇ ਬਣਾਈ ਹੋਏ ਨੇ ਹੁੰਦਾ ਕੁਛ ਨਹੀਂ ਇਹ ਇੱਕ ਤਾਸਰ ਹੈ ਇਸ ਲਈ ਮੇਰਾ ਖਿਆਲ ਹੈ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਐਗਰੀ ਕਰ ਰਿਹਾ ਕਿ ਅਗਰ ਨਿਸਾਬ ਹੋ ਜਾਏ ਜਾਂ ਦੇ ਸੈਮੀਨਾਰਸ ਹੋ ਜਾਣ ਜਾਂ ਤੁਹਾਡੇ ਬਕਾਇਦਾ آگਾਹੀ ਦੇ ਪ੍ਰੋਗਰਾਮਸ ਹੋ ਸਕਦੇ ਨੇ ਵਾਕ ਕਰਾਈ ਜਾ ਸਕਦੀ ਹੈ ਜਿਹੜਾ ਸਾਰਫ ਇਹਨਾਂ ਜੀ ਉਹ ਉਹ ਆਵਾਮ ਹੈ ਸਾਰਵ ਹੀ ਨਾਵਾਮ ਹੈ ਬੁਨਿਆਦੀ ਤੌਰ 'ਤੇ

ओपन फील्ड देता किसपलोय करता रहेगा ते रहे दुनिया कितने चले जाओ देखो मैंने खुद इतफाक हो विजिलेंस बड़ी अवेयरनेस बहुत जरूरी है मैं चंद दिन पहले एक फार्मेसी तक गया मेरी वाइफ ना तो एक मैडिसन लीती इतफाक तो और ब्लड प्रेसर मेडिसन जी शीशी थी मैं देखा तो एक्सपायर हो अठ महीने गुजर चुके स मेरी मिसिंग ने दुखर ही ना किता मैं उन्होंने कहा मैं क्या लुक यारू अठ महीने गुजर गए मैं हो सद मैं मोबाइलते ना बड़ा मरीक लिखा होता

ਉਹ ਵੀ ਤੁਸੀਂ ਦੇਖੋ ਅਗਰ ਕੇਲੇ ਲੈਣ ਜਾਓ ਦੋ ਕੇਲੇ ਗਲੇ ਵਿੱਚ ਵਾਰਦੇ ਕੋ ਹੂੰ ਉਹ ਲੇਕਿਨ ਹੈਗਾ ਕਿ ਜ਼ਾਹਰ ਉਹਨਾਂ ਤੇ ਤੁਸੀਂ ਨੋਟਿਸ ਨਹੀਂ ਦੇ ਸਕਦੇ ਜਾਂ ਉਸ ਲੈਵਲ ਦੇ ਇਨਸਾਨ ਸੋਚਦਾ ਲੇਕਿਨ ਜਿਹੜੀ ਅਵੇਰਨੈਸ ਹੈ ਨਾ ਜੀ ਉਹਦਾ ਇੱਕ ਡਿਮੋਨਸਟ੍ਰੇਸ਼ਨ ਇਫੈਕਟ ਹੋਏਗਾ ਹੂੰ ਯਾਨੀ ਲੋਕ ਸਮਝਣਗੇ ਜਿਹੜਾ ਦੁਕਾਨਦਾਰ ਏ ਸੈਲਰ ਏ ਵੈਂਡਰ ਏ ਮਕੈਨਿਕ ਏ ਸਰਵਿਸ ਪ੍ਰੋਵਾਈਡਰ ਏ ਕਿ ਹੁਣ ਸਾਰਫ ਨੂੰ ਜਾਂ ਆਵਾਮ ਨੂੰ ਲੁੱਟਣਾ ਆਸਾਨ ਨਹੀਂ ਰਹਿ ਗਿਆ ਹੂੰ ਬੁਨਿਆਦੀ ਤੌਰ ਤੇ ਇਹੀ ਚੀਜ਼ ਹੈ ਜਿਸ ਇਸ ਕਾਉਂਸਲ ਦਾ ਅਸਲ ਮਿਸ਼ਨ ਤੇ ਹੀ ਹੈ 10 ਬੰਦਿਆਂ ਨੂੰ ਸਜ਼ਾ ਹੋएगी 15 ਨੂੰ ਹੋएगी ਮਹੀਨੇ ਬਾਅਦ ਇਸੇ ਤਰ੍ਹਾਂ ਇੱਕ ਹੋਰ ਹੈਗਾ ਕਿ ਇਹਦੇ ਚ ਮਰਹਲ ਕੋਰਟ ਦੇ ਵਿੱਚ ਵੀ ਮਰਹਲ ਹੋਣਾ ਚਾਹੀਦਾ ਕਿ ਲੋਕਾਂ ਨੂੰ ਆਪਣੀ ਗੱਲ ਕਨਵੇ ਕਰਨ ਦਾ ਉਹਨਾਂ ਨੂੰ ਰਾਈਟ ਮਿਲਣਾ ਚਾਹੀਦਾ ਤਸਵੁਰਾਤੀ ਤੌਰ ਤੇ ਤੇ ਨਹੀਂ ਕਿਸੇ ਨੂੰ ਠੀਕ ਕਰ ਸਕਦੇ ਲੇਕਿਨ ਸਿਸਟਮ ਚੁਕੇ ਮੌਜੂਦ ਹੈ ਇਸ ਸਿਸਟਮ ਨੂੰ ਚਲਾਣਾ ਆਵਾਮ ਨਹੀਂ ਹੈ ਸਰਫ ਇਜ਼ ਦਾ ਡਰਾਈਵਿੰਗ ਫੋਰਸ ਸਰਫ ਇਜ਼ ਦਾ ਇਹ ਲੋਕ ਤੇ ਸਰਫ ਦਾ ਇੱਕ ਸਹੂਲਤ ਦੇ ਰਹਾ ਮੰਨ ਲੈਣਾ ਬਿਲਕੁਲ ਸਰਫ ਨੂੰ ਪ੍ਰੋਟੈਕਟ ਕਰਨ ਵਾਲੇ ਐਗਜ਼ੈਕਟਲੀ ਸਾਰਵ ਨੇ ਗਿਆਨਾ ਮੈਦਾਨ ਚ ਇਹਨਾਂ ਉਤੇ ਇਤਮਾਦ ਕਰਨੇ ਇਹਨਾਂ ਉਸ ਦੇ ਹਕੂਕ ਨੂੰ ਵੋ ਕਰਨੀ ਪਾਵਰ ਉਹਨਾਂ ਬਿਲਕੁਲ ਬਿਲਕੁਲ ਔਰ ਉਹਦੇ ਨਾਲ ਚੱਲਣਾਗੇ ਤੇ ਰਾਜ ਸਾਹਿਬ ਇਹ ਦੱਸੋ ਕਿ ਜਿਵੇਂ ਤੁਸੀਂ ਪੂਰੀ ਦੁਨੀਆ ਦੇ ਹਵਾਲੇ ਨਾਲ ਗੱਲ ਕੀਤੀ ਤੇ ਥੋੜਾ ਜਿਹਾ ਜੇ ਅਸੀਂ ਤਕਾਬਲੀ ਜਾਇਜ਼ਾ ਕਰੀਏ ਜਿਹੜੇ ਬਾਕੀ ਦੀ ਦੁਨੀਆ ਦੇ ਵਿੱਚ ਕੰਜ਼ਿਊਮਰ ਪ੍ਰੋਟੈਕਸ਼ਨ ਦੇ ਹਵਾਲੇ ਨਾਲ ਕਾਨੂੰਨ ਮੌਜੂਦ ਨੇ ਤੇ ਜਿਹੜੇ ਸਾਡੇ ਕੋਲ ਕਾਨੂੰਨ ਨੇ ਸਭ ਤੋਂ ਪਹਿਲੇ ਨਾ 1985 ਦੇ ਵਿੱਚ ਯੂਨੈਓ ਵਿੱਚ ਗ੍ਰੈਜੂਲੇਸ਼ਨ ਬਾਸ ਹੋਈ ਹਾਂ 39 ਅਗਸਤ 1985 ਠੀਕ ਹੋ ਗਿਆ ਜਿਦੇ ਵਿੱਚ 8 ਕਵਾਨੀਨ 8 ਹਕੂਕ ਦੱਸੇ ਗਏ ਨੇ ਉਹ ਰਿਕਮੈਂਡ ਕੀਤੇ ਗਏ ਨੇ ਵਰਲਡ ਵਾਈਡ ਨੇ ਯੂਨੋ ਨੇ ਇਕਵਾਮ ਤੇ ਦਦੇ ਵਿੱਚ 8 ਕਵਾਨੀਨ ਮੰਨਣਗੇ ਨੇ ਹੁਣ ਜੇ ਜੇ ਤੁਸੀਂ ਗੱਲ ਕਰ ਤਕਾਬਲੀ ਜਾਜਾ ਤਕਾਬਲੀ ਜਾਜਾ ਲੈਂਦੇ ਰਹੀਏ ਤੇ ਅਸੀਂ ਤੇ ਕਾਫੀ ਸਰ ਪਿੱਛੇ ਚਲੇ ਜਾਵਾਂਗੇ ਇਸ ਗੱਲ ਤੇ ਸੂਬਾ ਪੰਜਾਬ ਪ੍ਰੀਮੀਅਰ ਇਸ ਕਾਮਮੂਲੇ ਚ ਕਿ ਇਹਨਾਂ ਸਭ ਤੋਂ ਪਹਿਲੇ ਕਾਨੂੰਨ ਬਣਾ ਸਭ ਤੋਂ ਦਰਮਿਆਨ ਚ ਕਾਨੂੰਨ ਬਣਾਇਆ 2005 ਦੇ ਵਿੱਚ ਉਹ ਸਭ ਤੋਂ ਪਹਿਲੇ ਸੈਲਬਿਸ਼ਮੈਂਟ ਕੀਤੀ ਇੱਥੇ ਠੀਕ ਪੋਲਿਸੀ ਮੇਕਿੰਗ ਸਾਡੀ ਉਸ ਕੈਪੈਸਿਟੀ ਦੀ ਅਸੀਂ ਬਣਾ ਸਕਦੇ ਕਿ ਜੋ ਇੱਕ ਮਿਨਿਸਟਰੀ ਬਣਾ ਸਕਦੀ ਹੈ ਜੋ ਇੱਕ ਗਵਰਨਮੈਂਟ ਲੈਵਲ ਤੇ ਕਵਾਨੀਨ ਮੁxtਲਫ ਜਗਾਂ ਨੇ ਮੁxtਲਫ ਲੋਗਾਂ ਦੇ ਜੋ ਦੁਨੀਆ ਦੇ ਵਿੱਚ ਫੈਡਰਲ ਲੈਵਲ ਤੇ ਸਾਡੇ ਸੂਬੇ ਦੇ ਲੈਵਲ ਤੇ ਨੇ ਹੂੰ ਇਹ ਸਾਰਾ ਮਾਮਲਾ ਠੀਕ ਹੋ ਗਿਆ ਅ ਸਰ ਤੁਸੀਂ ਪਹਿਲੇ ਸ਼ਾਦੀ ਦਾ ਜ਼ਿਕਰ ਮੇਰੇ ਖਿਆਲੇ ਸਰ ਉਹ ਹੀ ਕਰ ਰਹੇ ਸਨ ਮੀਆ ਸਾਹਿਬ ਇਹ ਦੱਸੋ ਕਿ ਇੱਕ ਬੰਦਾ ਜਿਹੜਾ ਹੈ ਬੜੀ ਸਾਰੀ ਆਪਣੀ ਜ਼ਿੰਦਗੀ ਦੀ ਜਮਾ ਪੂੰਜੀ ਲਾ ਕੇ ਆਪਣੀ ਬੱਚੀ ਦਾ ਮਿਸਾਲ ਜਹੇਸ ਬਣਾ ਰਿਹਾ ਹੈ ਤੇ ਉਹਦੇ ਵਿੱਚ ਉਹਦੀਆਂ ਅੱਧੇ ਤੋਂ ਜ਼ਿਆਦਾ ਚੀਜ਼ਾਂ ਜਿਹੜੀਆਂ ਨੇ ਨਾਕਸ ਨਿਕਲ ਆਈਆਂ ਜਾਂ ਕੋਈ ਇਸ ਕਿਸਮ ਦਾ ਮਸਲਾ ਹੋ ਗਿਆ ਉਹਨ ਗਰੀਬ ਆਦਮੀ ਹੈ ਉਹਨੇ ਪੈਸੇ ਜੋੜ ਜੋੜ ਕੇ ਜਹੇਜ਼ ਇਕੱਠਾ ਕੀਤਾ ਤੇ ਉਹਦੇ ਉਹਦੇ ਕੀ ਅਹਿਸਾਸਾਂ ਜਾਂ ਮਹਿਸੂਸਾਂ ਹੋ ਸਕਦੇ ਨੇ ਕਿ ਉਹ ਫਿਰ ਵਾਪਸ ਦੁਕਾਨਦਾਰ ਕੋਲ ਜਾਂਦਾ ਤੇ ਉਹ ਕਹਿੰਦਾ ਕਿ ਭਾਈ ਤੁਸੀਂ ਜਿਹੜੀ ਸ਼ੈ ਲੈ ਲਈ ਉਹ ਲੈ ਲਈ ਮੈਂ ਹੁਣ ਇਹਦਾ ਜ਼ਿੰਮੇਵਾਰ ਹਾਂ ਅੱਛਾ ਦੇਖੋ ਦੁਕਾਨਦਾਰ ਵੀ ਸਾਡੇ ਚੋਂ ਨੇ ਔਰ ਅੱਛੇ ਲੋਕ ਨੇ ਦੁਨੀਆ 'ਚ ਹਰ ਤਰ੍ਹਾਂ ਦੇ ਲੋਕ ਨੇ ਔਰ ਹਰ ਸ਼ੋਬੇ 'ਚ ਅੱਛੇ ਬੁਰੇ ਨੇ ਹੂੰ لیکن ایک عمومی رویہ جڑا اسی نوٹ کیتا ابزرو کیتا نا جڑا مشاہدے چایا ਉਹ ਕਹਿੰਦਾ ਦੁਕਾਨਦਾਰ ਜੀ ਇੱਕ ਖਾਸ ਕਿਸਮ ਦੀ ਰਾਉਂਡ ਹੁੰਦੀ ਹੈ ਉਹ ਗੁੱਸਾ ਭਾਇਆ ਜਾਂਦਾ ਹੂੰ ਉਹ ਇਹ ਸਮਝਦਾ ਕਿ ਚੁਕੇ ਗਾਲੇਬ ਨੂੰ ਉਹੀ ਵਜ੍ਹਾ ਹੈ ਉਹ ਸਮਝਦਾ ਕਿ ਇਹ ਸਾਰਵ ਜਿਹੜਾ ਹੈ ਇਹਦੇ ਕੋਲ ਤੇ ਕੋਈ ਹੱਕ ਹੈ ਹੀ ਨਹੀਂ ਇਹ ਹੱਕ ਲੈ ਨਹੀਂ ਸਕਦਾ ਅਗਾਈ ਦਾ ਤਾਂ ਖੈਰ ਉਹਨੂੰ ਤਸੱਵਰ ਹੀ ਨਹੀਂ ਨਾ ਹੂੰ ਉਹ ਤੇ ਨਹੀਂ ਸਮਝਦਾ ਕਿ ਆਗਾ ਨਹੀਂਗਾ ਵੇਰ ਨਹੀਂਗਾ ਉਹ ਇਹ ਸਮਝਦਾ ਕਿ ਇਹਨਾਂ ਨੂੰ ਕੋਈ ਇਹਦਾ ਵਾਲੀ ਵਾਰਸ ਜਿਹੜਾ ਤੁਸੀਂ ਲਫ਼ਜ਼ ਬੜਾ ਅੱਛਾ ਬੋਲਿਆ ਸ਼ੁਰੂ ਚ ਇਹਦਾ ਦਿਵਾਲੀ ਵਾਰਸ ਹੀ ਕੋਈ ਨਹੀਂਗਾ ਮੈਂ ਜੋ ਵੀ ਇਹਨੂੰ ਚੀਜ਼ ਦੇ ਦਿਆਂਗਾ ਤੇ ਸਾਰਵ ਜਿਹੜਾ ਉਹਦੇ ਹੱਕ ਹੀ ਕੋਈ ਨਹੀਂ ਇਸ ਵਾਸਤੇ ਉਹ ਆਪਣਾ ਰਵਈਆ ਜੋ ਵੀ ਰੱਖੇ ਵੱਧ ਦੇ ਆਂਤੀ ਕਰ ਜਾਂਦਾ ਬੋਲ ਕਿ ਤੁਸੀਂ ਬੜੀ ਚੰਗੀ ਗੱਲ ਕੀਤੀ। ਉਹਦੀ ਬੇਟੀ ਦੀ ਸ਼ਾਦੀ ਏ ਤੁਸੀਂ ਇੱਕ ਚੀਜ਼ ਬੜੀ ਆਸ ਨਾਲ ਲੱਗਣ ਨਾਲ ਬੜੀ ਮੁਹੱਬਤ ਨਾਲ ਬਣਾਈ ਪੈਸੇ ਜੋੜ ਕੇ ਬਣਾਈ ਲਾਈਫ ਲੌਂਗ ਸੇਵਿੰਗ ਆਮ ਆਦਮੀ ਕੋਲ ਤਾਂ ਨਾ ਪੈਸਾ ਨਹੀਂ ਹੁੰਦਾ। ਬਿਲਕੁਲ ਤੇ ਅਗੋ ਚੀਜ਼ ਉਹ ਨਾਕਸ ਨਿਕਲ ਆਏ। ਉਹ ਗੋਟਾ ਗਨਾਰਾ ਇਹ ਉਹ ਸਾਰੀ ਚੀਜ਼ਾ ਖਰਾਬ ਨਿਕਲਣ। ਤੇ ਉਹਦਾ ਇੱਕ ਤੇ ਸਦਮਾ ਵੀ ਹੁੰਦਾ ਤੁਹਾਨੂੰ ਬਹੁਤ ਜ਼ਿਆਦਾ। ਦੂਸਰਾ ਇੱਕ ਡਬਲ ਲੌਸ ਹੁੰਦਾ ਦੇਖੋ ਮੈਂ ਇੱਕ ਚੀਜ਼ ਰੁਪਏ ਦੀ ਲਿੱਤੀ ਅਗੋਂ ਦੁਬਾਰਾ ਮੈਂ ਫੇਰ 1 ਰੁਪਏ ਦੀ ਖਰੀਦਾਂ ਮੈਂ 2 ਰੁਪਏ ਦੀ ਚੀਜ਼ ਲੈ ਗਿਆ ਅਗੋਂ ਫੇਰ ਵੀ ਯਕੀਨੀ ਨੀਗਾ ਅਗੋਂ ਵੀ ਸਹੀ ਹੋਵੇ ਤੇ ਨਾਲ ਜਿਹੜੀ ਜ਼ہنی ਅਜ਼ੀਅਤ ਹੈ ਉਹ ਮੁਫਤ ਦੀ ਹੈ ਹੋਈ ਮੈਂ ਕਹਿੰਨਾ ਕਿ ਜ਼ہنی ਅਜ਼ੀਅਤ ਦਾ ਤੇ ਖਰ ਕੋਈ ਵਾਕਈ ਮਿਆਰ ਨਹੀਂਗਾ ਉਹਦੇ ਜਿਸ ਤਰ੍ਹਾਂ ਕੋਰਸ ਤਿਸਰਾਉਣ ਗਿਆ ਗਿਆ ਗੱਡਾ ਮੇਜ ਤੁਸੀਂ ਹਰਜਾਨਾ ਕਲੇਮ ਕਰੋ ਉਹ ਬੁਰੀਆ ਦੀ ਤੌਰ ਤੇ ਜ਼ہنی ਅਜ਼ੀਅਤ ਨਹੀਂ ਹੁੰਦਾ ਔਰ ਕੋਰਸ تسلیم ਕਰਦੀ ਹੈ ਇਸ ਬੰਦੇ ਨੂੰ ਹੈਗਾ ਔਰ ਕੋਰਸ ਇਕੱਲਾ ਦਾ ਗੱਲ ਬਾਅਦ ਹਸੀਅਤ ਵੀ ਦੇਖਦੀ ਹੈ ਕਿ ਇਹ ਬੰਦਾ ਕਰੋੜ ਦਾ ਦਾਵਾ ਕਰ ਰਿਹਾ ਦੀ ਹਸੀਅਤ ਹੈ ਕਿ ਨਹੀਂ ਹੋ ਤੋ ਉਹ ਲੇਕਿਨ ਬਹਰ ਹਾਲ ਉਹੀ ਕਲਾਦਾ ਇਸ਼ੂ ਹੈ ਗੱਲ ਇਹ ਹੈ ਕਿ ਤੁਹਾਨੂੰ ਅਗਰ ਰੀਲੀਫ ਮਿਲੇ ਪ੍ਰੋਟੈਕਸ਼ਨ ਮਿਲੇ ਬੁਨਿਆਦੀ ਤੌਰ ਤੇ ਲਫ਼ਜ਼ ਦੇ ਪ੍ਰੋਟੈਕਸ਼ਨ ਹੈ ਤੇ ਫਿਰ ਕਾਫੀ ਹੱਦ ਤੱਕ ਇਹ ਇਹਨਾਂ ਅਜ਼ੀਤਾਂ ਤੋਂ ਤੁਸੀਂ ਨਿਕਲੋਗੇ ਕੰਜ਼ਿਊਮਰ ਕੋਰਟਸ ਜਿਹਨੇ ਨੇ ਮੇਰੇ ਨਾਕਸਿਲਮ ਦੇ ਮੁਤਾਬਕ ਬਹੁਤ ਦੂਰ ਦਰਾਜ਼ ਇਲਾਕਿਆਂ ਦੇ ਵਿੱਚ ਨੇ ਤੇ ਕੁਝ ਲਿਮਿਟਿਡ ਨੰਬਰ ਆਫ ਕੋਰਟਸ ਨੇ ਸਾਡੇ ਕੋਲ ਤੇ ਆਵਾਂ ਤੁਹਾਨੂੰ ਪਤਾ ਸਾਡੀ ਬਥੇਰੀ ਹੈ ਤੇ ਅਗਰ ਕਿਸੇ ਨੂੰ ਕੋਈ ਇਸ ਕਿਸਮ ਦਾ ਮਸਲਾ ਦਰਪੇਸ਼ ਆਂਦਾ ਹੈ ਤੇ ਉਹਦੀ ਸਹੂਲਤ ਵਾਸਤੇ ਕੋਈ ਆਨਲਾਈਨ ਅ ਅਰਖਾਸਤ ਦਾਇਰ ਕਰਨ ਦਾ ਪ੍ਰੋਸੀਜਰ ਹੈ ਜਾਂ ਫਿਰ ਉਹਨੂੰ ਕੋਰਟ ਹੀ ਜਾਣਾ ਪਏਗਾ ਨਹੀਂ ਜੀ ਪਹਿਲੀ ਗੱਲ ਤੇ ਹੈ ਕਿ ਤੁਹਾਨੂੰ ਕਿਸੇ ਨੇ ਗਲਤ ਅਸਿਆ ਹੈ ਕਿ ਦੂਰ ਦਾਸ ਹੈ ਸਾਡੇ ਪੂਰੇ ਪੰਜਾਬ ਦੇ ਵਿੱਚ 17 ਕੋਰਟਸ ਨੇ ਠੀਕ ਹੋ ਗਿਆ ਅੱਛਾ 17 ਕੋਰਟਸ ਦੇ ਵਿੱਚੋਂ ਜਿਹੜੇ ਨਾ ਉਹਨਾਂ ਜਿਊਰਿਸਡਿਕਸ਼ਨ ਨੇ ਇਕਤਾਰੇ ਸਮਾਜ ਜਿਹੜਾ ਉਹ ਫਲਾਤਾ ਗਿਆ ਐ ਅਡਜਸੈਂਟ ਜਿਹੜੇ ਨਾਲ ਨਾਲ ਦੇ ਡਿਸਟ੍ਰਿਕਟਸ ਨੇ ਉਹ ਵੀ ਉੱਥੇ ਕੇਸ ਕਰ ਸਕਦੇ ਨੇ ਠੀਕ ਸੁਪੋਜ਼ ਜਿਹਦਾ ਮੈਂ ਤੁਹਾਨੂੰ ਦੱਸਦਾ ਕੋਈ ਲਾਹੌਰ ਦੀ ਕੋਰਟ ਐ ਲਾਹੌਰ ਦੀ ਕੋਰਟ ਦੇ ਵਿੱਚ ਨੰਗਾਨੇ ਵਾਲੇ ਕਰ ਸਕਦੇ ਨੇ ਸ਼ਿਕਪਰੋ ਵਾਲੇ ਵੀ ਕਰ ਸਕਦੇ ਨੇ ਕਸੂਰ ਵਾਲੇ ਕਰ ਸਕਦੇ ਨੇ ਠੀਕ ਹੁਣ ਕੇਸ ਫਾਈਲ ਹੋ ਗਿਆ ਕੇਸ ਫਾਈਲ ਹੋਣ ਤੋਂ ਬਾਅਦ ਜਦ ਸਭ ਉੱਥੇ ਵਿਜ਼ਿਟ ਕਰਦੇ ਨੇ ਫੋਨਟਲੀ ਕਰਦੇ ਨੇ ਵੀਕਲੀ ਕਰਦੇ ਨੇ ਉਹ ਮੁਖਤਰੀਫ ਜ਼ਿਲ੍ਹਿਆਂ ਦੇ ਵਿੱਚ ਨਾ ਉੱਥੇ ਕੇਸ ਯਾਨੀ ਕਿ ਸਾਰੇ ਪਰੇਸ਼ਾਨਾ ਹੋ ਗਏ ਹਮ ਜਦ ਸਭ ਉੱਥੇ ਚਲੇ ਜਾਂਦੇ ਨੇ ਕੋਰਟ ਉਸ ਚਲੀ ਜਾਂਦੀ ਉੱਥੇ ਉਹਨੇ ਹੀਅਰਿੰਗ ਕਰ ਲੈਂਦੀ ਏ ਪ੍ਰੋਸੀਡਿੰਗ ਕਰ ਲੈਂਦੀ ਏ ਅੱਛਾ ਹੁਣ ਜਿਹੜੀ ਤੁਹਾਡਾ ਗੱਲ ਹੈ ਹੁਣ ਬੇਸਿਕਲੀ ਮਾਮਲਾ ਕੀ ਏ ਕਿ ਜਿਹੜਾ ਪ੍ਰੋਸੀਡਿੰਗ ਹੈ ਉਹ ਅਸੀਂ ਵੈਲਿਡ ਨਹੀਂ ਕਰ ਸਕਦੇ ਉਹਦਾ ਕੋਈ ਤਰੀਕਾ ਕਰ ਨਹੀਂ ਏ ਲੇਕਿਨ ਨੋਟਿਸ ਅਸੀਂ ਦੇਣਾ ਹੀ ਦੇਣਾ ਹੈ ਦਰਖਾਸਤ ਜੱਜ ਨੂੰ ਪਾਣੀ ਹੀ ਪਾਣੀ ਹੈ ਰਸੀਦਾਂ ਸੀ ਨਾਲ ਲਾਣੀਆਂ ਹੀ ਲਾਣੀਆਂ ਨੇ ਅੱਛਾ ਹੁਣ ਬੇਸਿਕਲੀ ਗੱਲ ਹੈ ਕਿ ਹੁਣ ਅਸੀਂ ਜਿਹੜਾ ਦੁਨੀਆ ਚਲੀ ਗਈ ਡਿਜੀਟਾਈਜੇਸ਼ਨ ਤੋਂ ਚਲੀ ਗਈ ਹੈ ਅਸੀਂ ਉਹਨੂੰ ਫਾਲੋ ਕੀਤਾ ਅਸੀਂ ਉਹ ਬਣਾਤੀ ਹੁੰਦੀ ਵੈਬਸਾਈਟ ਬਣਾਤੀ ਹੈ ਹਾਂ ਅਸੀਂ ਆਪਣੇ ਸਿਸਟਮ ਨੂੰ ਆਟੋਮੇਟ ਕਰ ਦਿੱਤਾ ਹੈ ਅਸੀਂ ਆਨਲਾਈਨ ਤੁਸੀਂ ਕੇਸ ਫਾਈਲ ਕਰ ਸਕਦੇ ਹੋ ਸਾਡੀ ਕੰਜ਼ਿਊਮਰ ਸਰਵਿਸ.ਪੰਜਾਬ.gov.pk ਉੱਥੇ ਜਾਓ ਉੱਥੇ ਜਾ ਕੇ ਸਿੰਪਲ ਆਪਣੇ ਆਪ ਨੂੰ ਰਜਿਸਟਰ ਕਰੋ ਓਟੀਪੀ ਦੇਗਾ ਓਟੀਪੀ ਨਾਲ ਜਨਰੇਟ ਕਰਕੇ ਤੁਸੀਂ ਆਪਣੀ ਕੇਸ ਫਾਈਲ ਕਰ ਸਕਦੇ ਹੋ ਠੀਕ ਹੋ ਗਿਆ ਅਸਰ ਕੋਈ ਬੰਦਾ ਕੋਈ ਆਨਲਾਈਨ ਪਰਚੇਜ਼ਿੰਗ ਕਰਦਾ ਹੈ ਤੇ ਉਹਨੂੰ ਸਬਸਟੈਂਡਰਡ ਮਟੀਰੀਅਲ ਭੇਜ ਦਿੱਤਾ ਜਾਂਦਾ ਹੈ ਮਤਲਬ ਉਹਨੂੰ ਵਿਖਾਇਆ ਕੁਝ ਹੋਰ ਗਿਆ ਸੀ ਤੇ ਦੇ ਕੁਝ ਹੋਰ ਦਿੱਤਾ ਗਿਆ ਤੇ ਇਸ ਸੂਰਤ ਦੇ ਵਿੱਚ ਉਹਦਾ ਕੀ ਪ੍ਰੋਸੀਜਰ ਹੈ ਮਤਲਬ ਅਗਰ ਆਨਲਾਈਨ ਫਰਾਡ ਹੋਏਗਾ ਜਾਂ ਉਹਦੇ ਨਾਲ ਕੋਈ ਮਟੀਰੀਅਲ ਠੀਕ ਨਹੀਂ ਆਇਆ ਤੇ ਉਹ ਐਫਆਈਏ ਨੂੰ ਵਿੱਚ ਲਿੰਕ ਕਰੋਗੇ ਤੁਸੀਂ ਇਹ ਡਾਇਰੈਕਟ ਤੁਹਾਡਾ ਡਿਪਾਰਟਮੈਂਟ ਉਸ ਪ੍ਰੋਬਲਮ ਨੂੰ ਸੋਲਵ ਕਰ ਸਕਦਾ ਹੈ ਦੇਖਿਓ ਜੀ ਮਾਮਲਾ ਕੁਝ ਇਸ ਤਰ੍ਹਾਂ ਹੈ ਮੈਂ ਪਹਿਲੇ ਅਰਜ਼ੀ ਕੀਤੀ ਕਿ ਕੇਸ ਮਤਲਬ ਪ੍ਰੋਸੀਜਰ ਉਹੀ ਹੋਏਗਾ ਜਿਹੜਾ ਸਿੰਪਲ ਵੈਸੇ ਤੁਸੀਂ ਕਰ ਰਹੇ ਹੋ ਲਿਖ ਰਿਟਰਨ ਦੋਗੇ ਤੁਸੀਂ ਜਿੱਥੇ ਆਨਲਾਈਨ ਲਈ ਹੈ ਉਹਨੇ ਸਬਸਟੈਂਡਰਡ ਕੋਈ ਗੈਰਮੈਡੀ ਚੀਜ਼ ਤੁ ਉਹ ਤੁਸੀਂ ਲਿਕਰੋਟਸ ਦੇਵੋਗੇ ਠੀਕ ਹੁਣ ਇਸ਼ੂ ਇਹ ਹੈ ਕਿ ਬਾਅਦੂ ਕਾ ਸਾਡੇ ਨਾਲ ਇੱਕ ਗਲਤ ਲਾਮ ਹੋ ਗਿਆ ਇਸ ਕਾ ਮਾਮਲਾ ਕਿ ਲੋਕ ਇੱਕ ਫੇਸਬੁਕ ਪੇਜ ਬਣਾਉਂਦੇ ਨੇ ਇੰਸਟਾ ਪੇਜ ਬਣਾਉਂਦੇ ਨੇ ਹੈ ਉਹਦੇ ਸ਼ੈ ਲੈਂਦੇ ਨੇ ਬੰਦੇ ਨੂੰ ਕਾਬੂ ਕਰਦੇ ਨੇ ਪੈਸੇ ਇਕੱਠੇ ਕਰਦੇ ਨੇ ਔਰ ਪੇਜ ਡੀਲੀਟ ਕਰ ਦਿੰਦੇ ਨੇ ਹਾਂ ਲੇਕਿਨ ਗੱਲ ਇੱਥੇ ਵੀ ਦੋ ਗੱਲਾਂ ਫਿਰ ਅੱਗੇ ਆ ਗਈਆਂ ਹਾਂ ਹਾਂ ਇੱਕ ਤੇ ਚੀਜ਼ ਹੈ ਕਿ ਜਿਹੜਾ ਜਿਹਨੇ ਬਣਾਇਆ ਉਹਨੇ ਚੀਜ਼ ਤੁਹਾਨੂੰ ਕੋ ਲਈ ਹਾਂ ਜਿਹੜੀ ਸਬਸਟੈਂਡੈਂਟ ਨਹੀਂ ਨਿਕਲੀ ਹੁਣ ਗੱਲ ਇੱਕ ਉਹਨੇ ਕੋਈ ਉੱਥੇ ਨਹੀਂ ਹੈ ਕੋਈ ਫਰਿਸ਼ਤਾ ਆ ਗਿਆ ਤੁਹਾਨੂੰ ਉੱਥੇ ਸਿੱਟ ਦਿੱਤੀ ਇਹ ਸਟੈਂਡਰਡ ਥਰੂ ਕਿਸੇ ਥਰੂ ਤੇ ਉਹਨੇ ਕਰਾਈ ਨਾ ਡਾਕਨੇ ਥਰੂ ਕਰਾਈ ਕੋਰੀਰ ਦੇ ਥਰੂ ਕਰਾਈ ਦਨ ਦੇ ਵਿਲ ਬੀ ਰਿਸਪੋਨਸਿਬਲ ਜਿਹੜਾ ਤੁਹਾਨੂੰ ਦੇਖ ਗਿਆ ਨਾ ਡਿਲੀਵਰ ਕਰਨ ਆਇਆ ਉਹ ਰਿਸਪੋਨਸਿਬਲ ਹੈ ਉਹ ਹੈਲਟ ਹੋਏਗਾ ਠੀਕ ਹੈ ਉਹ ਤੁਹਾਨੂੰ ਪਤਾ ਹੈ ਨਾ ਕੋਈ ਕੋਰੀਰ ਸਰਵਿਸ ਵਾਲਾ ਬੰਦਾ ਆਇਆ ਕੋਈ ਡਾਕਨੇ ਦਾ ਬੰਦਾ ਆਇਆ ਤੇ ਉਹ ਤੁਹਾਨੂੰ ਪਤਾ ਹੈ ਨਾ ਕਿ ਉਹ ਬੰਦਾ ਮਨ ਦੇਖ ਗਿਆ ਉਹ ਪੈਸਿਵ ਹੋ ਲੱਗ ਗਿਆ ਜਾਂ ਤੁਸੀਂ ਪੈਸਿਵ ਦੇਣ ਦੋ ਤਰੀਕੇ ਨੇ ਜਾਂ ਤੁਸੀਂ ਆਨਲਾਈਨ ਦੇ ਦਿਓਗੇ ਜਾਂ ਤੁਸੀਂ ਕੈਸ਼ ਔਨ ਡਿਲੀਵਰੀ ਦੇ ਦੇਓਗੇ

ਠੀਕ ਉਹ ਸਰ ਇਹ ਤੁਸੀਂ ਬੜਾ ਅੱਛਾ ਇਸ ਨੂੰ ਐਕਸਪਲੇਨ ਕੀਤਾ ਕਿ ਫਰਾਡ ਵਾਲੀ ਚੀਜ਼ ਜਿਹੜੀ ਉਹ ਐਫ ਆਈਏ ਦੀ ਡੋਮੇਨ ਚ ਆਂਦੀ ਤੇ ਸੈਫ ਸਬ ਜਿਵੇਂ ਅਸੀਂ ਕਹਿ ਰਹੇ ਹਾਂ ਕਿ ਕਿਸੇ ਦੇ ਨਾਲ ਕੋਈ ਕਿਸਮ ਦਾ ਵਾਕਿਆ ਪੇਸ਼ ਆਂਦਾ ਹੈ ਤੇ ਉਹ ਫਿਰ ਲੀਗਲ ਨੋਟਿਸ ਭੇਜ ਸਕਦਾ ਤੇ ਅਸੀਂ ਜਿਵੇਂ ਮਨ ਹਸਲ ਕੌਮ ਸਾਡੀ ਨਾ ਥੋੜਾ ਮિજાਜ ਸ਼ਰਾਤੀ ਨੋਇਤ ਹੈ ਤੇ ਕੋਈ ਬੰਦੇ ਹੋਣਗੇ ਜਿਹੜੇ ਨਾਜਾਇਜ਼ ਕੇਸ ਕਰਨਾ ਸ਼ੁਰੂ ਕਰ ਦੇਣਗੇ ਜਾਂ ਕੋਈ ਇਸ ਤਰ੍ਹਾਂ ਦਾ ਦੀ ਸਿਚੁਏਸ਼ਨ ਜਿਹੜੀ ਹੈ ਇਹ ਟੈਂਡੈਂਸੀ ਤੇ ਸਾਡੇ ਹੈ ਲੇਕਿਨ ਇਹਦੇ ਕੋ ਬੜੀ ਅੱਛੀ ਗੱਲ ਤੁਸੀਂ ਕੀਤੀ ਡਾਇਰੈਕਟਰ ਸਾਹਿਬ ਨੇ ਉਹ ਲੌਫਟ ਟੌਟਸ ਦਾ ਟੌਟਸ ਦਾ ਦੀ ਐਸਾ ਸਾਡੇ ਦੇ ਤਸਵਰ ਹੀ ਨਹੀਂਗਾ ਯਾਨੀ ਅਗਰ ਤੁਸੀਂ ਮਤਲਬ ਯੂਰਪ ਜਾਂ ਅਮਰੀਕਾ ਜਾਂ ਇਹਨਾਂ ਕੰਟਰੀ ਚਲੇ ਜਾਓ ਅਗਰ ਤੁਹਾਡੇ ਘਰ ਝਾਤ ਪੈਂਦੀ ਜਿਹਨੂੰ ਕੰਨੇ ਆਸੀ ਤਾਂ ਤਾਂ ਵੀ ਲੌਫਟ ਟੌਟਸ ਹਰਕਤ ਚ ਆ ਜਾਂਦਾ ਔਰ ਤੁਹਾਨੂੰ ਡੈਮੇਜਸ ਮਿਲਦੇ ਅੱਛਾ ਅਗਰ ਤੁਹਾਡੇ ਨੌਇਜ਼ ਪੋਲੂਸ਼ਨ ਤੁਸੀਂ ਕ੍ਰੀਏਟ ਕਰ ਰਹੇ ਹੋ ਯੂ ਆਰ ਸਕਰੀਮਿੰਗ ਉਸੇ ਵੇਲੇ ਪੂਰੀ ਸਿਸਟਮ ਜੋ ਹਰਕਤ ਚ ਆ ਜਾਏਗਾ ਯਾਨੀ ਇਹ ਤਾਂ ਤੁਸੀਂ ਤਸਵਰ ਹੀ ਨਹੀਂ ਕਰ ਸਕਦੇ ਪਾਕਿਸਤਾਨ ਜਿੱਤੇ ਹਰ ਘਰ ਦੇ ਵਿੱਚ ਸਕਰੀਮਿੰਗ ਹੁੰਦੀ ਹੈ ਉਹਦਾ ਸ਼ੋਰ ਹੋ ਗੋਗਾ ਆਈ ਆਸੀ ਆਦੀ ਵੀ ਆ ਲਲਕਾਰਿਆਂ ਦੇ ਜਾਂ ਕੋਈ ਸਾਡਾ ਲੌਡ ਬੋਲਣਾ ਦਰਾ ਲੇਕਿਨ ਬਹਰਾਂ ਥੋੜਾ ਥੋੜਾ ਚੁੱਕੇ ਅਸੀਂ ਹੁਣ ਮਾਸ਼ਾਅੱਲਾ ਇੱਕ ਫੇਰ ਵੀ ਤਹਦੀਬ ਜਾਫਤਕ ਆਉਮਾ ਲੋਕਾਂ ਜੇ ਅਵੇਅਰਨੈਸ ਹੈ ਪੜੇ ਲਿਖੇ ਨੇ ਤੇ ਇਹ ਗੱਲ ਯਕੀਨਨ ਹੈ ਕਿ ਸਾਡਾ ਜਿਹੜਾ ਇੱਥੇ ਜਿਹੜਾ ਮੁਹਾਸ਼ਰੇ ਜਿਸ ਲਈ ਅਵੇਅਰਨੈਸ ਹੈਗੀ ਨਾ ਜੀ ਫਿਰ ਉਸ ਅਵੇਅਰਨੈਸ ਦਾ ਬਜ਼ਾਤ ਖੁਦ ਇੱਕ ਨਿਊਟਰਲਾਈਜ਼ਿੰਗ ਇਫੈਕਟ ਹੋਏਗਾ ਹਮ ਔਰ ਮੇਰਾ ਖਿਆਲ ਜਿਸ ਤਰ੍ਹਾਂ ਨੇ ਨੇ ਡਿਪਟੀ ਕਮਿਸ਼ਨਰ ਦੀ ਗੱਲ ਕੀਤੀ ਨਾ ਡਿਪਟੀ ਕਮਿਸ਼ਨਰ ਕੋਲ ਵੀ ਬਹੁਤ ਕਮ ਰੈਪਿਟੀਸ਼ਨਾਂ ਲਈ ਜਾ ਰਹੀਆਂ ਲੇਕਿਨ ਲੋਕੀ ਜਦੋਂ ਆਪਣੇ ਰਾਈਟਸ ਦੇ ਉੱਤੇ ਲਈ ਨਿਕਲ ਪੈਣਗੇ ਤੇ ਫਿਰ ਮੇਰਾ ਖਿਆਲ ਇਹ ਚੀਜ਼ ਕਾਫੀ ਹੱਦ ਤੱਕ ਨਿਊਟਰਲਾਈਜ਼ ਹੋ ਜਾਏਗੀ ਨਿਊਟਰਲਾਈਜ਼ ਹੋ ਜਾਏਗੀ ਔਰ ਮੇਰਾ ਜ਼ਾਤੀ ਖਿਆਲ ਹੈ ਕਿ ਇਹਦੇ ਚ ਜਿਹੜਾ ਕੰਜ਼ਿਊਮਰ ਨੂੰ ਐਕਸਪਲੋਇਟ ਕਰ ਰਿਹਾ ਉਹ ਫੋਰਸ ਨੂੰ ਇਸੇ ਤਰ੍ਹਾਂ ਹੀ ਜਦੋਂ ਤੱਕ ਤੁਸੀਂ ਰੋਕੋਗੇ ਨਹੀਂ ਪੂਰੀ ਤਾਕਤ ਦੇ ਨਾਲ ਤੇ ਬਾਹਰ ਦੀ ਕੰਟਰੀ ਦੇ ਨਾਲ ਕਿ ਤੁਸੀਂ ਤਕਾਬਲੀ ਜਾਇਦਾ ਲਵੋ ਤੇ ਉੱਥੇ ਮੁਆਸ਼ਰਾ ਬਜ਼ਾਤੇ ਖੁਦ ਗਰੋ ਕਰਕੇ ਐਸੀ ਜਗ੍ਹਾ ਤੇ ਪਹੁੰਚ ਗਿਆ ਦੇਖੋ ਮੁਆਸ਼ਰੇ ਦੀ ਗਰੋਥ ਜਿਹੜੀ ਹੈ ਨਾ ਜੀ ਉਹ ਹਕੂਮਤਾਂ ਆਂਦੀਆਂ ਜਾਂਦੀਆਂ ਹਕੂਮਤਾਂ 'ਚ ਕੋਈ ਲੋਕ ਅੱਛੇ ਹੁੰਦੇ ਨੇ ਕੋਈ ਅਹਿਲ ਹੁੰਦੇ ਨੇ ਕੋਈ ਨਾ ਅਹਿਲ ਹੁੰਦੇ ਨੇ ਇਸ ਤਰ੍ਹਾਂ ਚੱਲਦਾ ਰਹਿੰਦਾ ਨਿਜ਼ਾਮ ਵੀ ਚੇਂਜ ਹੁੰਦੇ ਰਹਿੰਦੇ ਨੇ ਜਦੋਂ ਸਿਵਲ ਸੋਸਾਇਟੀ ਜਿਹੜੀ ਹੈ ਕਿ ਤੁਹਾਡੀ ਗਰੋ ਕਰ ਜਾਏ ਅਵੇਅਰ ਹੋ ਜਾਏ ਉਹਦੀ ਇੰਨੀ ਕੋ ਪਾਵਰ ਹੈ ਕਿ ਉਹ ਹਰ ਚੀਜ਼ ਨੂੰ ਮਤਲਬ ਸਹੀ ਨਿਊਟਰਲਾਈਜ਼ ਕਰ ਯਾਨੀ ਕਿ ਸੋਸਾਇਟੀ ਦੀ ਅਵੇਅਰਨੈਸ ਹੀ ਅਸਲ ਹੱਲ ਹੈ ਇਹਨਾਂ ਤਮਾਮ ਮਸਾਇਲ ਦਾ ਤੇ ਨਾਜ਼ਰੀਨ ਤੁਹਾਡੇ ਕੋਲ ਬਤੌਰ ਸਾਰਿਫ ਕੰਜ਼ੂਮਰ ਰਾਈਟਸ ਮੌਜੂਦ ਨੇ ਤੁਹਾਨੂੰ ਕਦੀ ਕੋਈ ਸਬਸਟੈਂਡਰਡ ਸ਼ਾਇਦ ਦੇ ਦਿੱਤੀ ਜਾਏ ਤੇ ਤੁਸੀਂ ਇਹ ਨਹੀਂ ਸੋਚਣਾ ਕਿ ਇੰਪੋਰਟਡ ਮਾਲ ਦੀ ਕੋਈ ਗਾਰੰਟੀ ਨਹੀਂ ਤੇ ਆ ਇੱਕ ਵਾਰੀ ਖਰੀਦਿਆ ਹੈ ਮਾਲ ਜਿਹੜਾ ਹੈ ਵਾਪਸ ਨਹੀਂ ਹੋ ਸਕਦਾ ਤੁਸੀਂ ਕੰਜ਼ਿਊਮਰ ਕੋਰਟਸ ਦਾ ਰੁਖ ਕਰੋ ਤੁਸੀਂ ਲੀਗਲ ਸਟੈਪ ਚੁੱਕੋ ਤੇ ਆਪਣੇ ਇਸ ਹੱਕ ਲਈ ਆਵਾਜ਼ ਉਠਾਓ ਤੇ ਜਿਹੜੀ ਸ਼ੈਵਾਂ ਵੇਚਣ ਵਾਲੀਆਂ ਕੰਪਨੀਆਂ ਤੇ ਅਫਰਾਦ ਨੇ ਉਹਨਾਂ ਤੋਂ ਗੁਜ਼ਾਰਿਸ਼ ਹੈ ਕਿ ਇਸ ਮੁਸ਼ਕਿਲ ਦੌਰ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਨੂੰ ਮਜ਼ੀਦ ਮੁਸ਼ਕਿਲ ਨਾ ਕਰੋ ਲੋਕੀ ਬੜੀ ਮੁਸ਼ਕਿਲ ਨਾਲ ਤੁਹਾਡੇ ਕੋਲ ਕੋਈ ਚੀਜ਼ ਖਰੀਦਦੇ ਨੇ ਤਾਂ ਉਹਨਾਂ ਨੂੰ ਉਹ ਹੀ ਚੀਜ਼ ਪ੍ਰੋਵਾਈਡ ਕਰੋ ਜਿਹੜੀ ਉਹਨਾਂ ਤੁਹਾਡੇ ਕੋਲੋਂ ਮੰਗੀ ਹੈ ਤੇ ਮੈਂ ਆਪਣੇ ਮਹਿਮਾਨਾਂ ਦੀ ਵੀ ਸ਼ੁਕਰਗੁਜ਼ਾਰ ਹਾਂ ਉਹਨਾਂ ਸਾਡੇ ਲਈ ਵੇਲ ਕੱਢਿਆ ਤੇ ਅੱਜ ਦੀ ਇਸ ਬੈਠਕ ਵਿੱਚ ਇਸ ਗੁਫ਼ਤਗੂ ਨੂੰ ਇੱਥੇ ਹੀ ਇਖਤਤਾਮ ਪذیر ਕਰਨਿਆ ਅਗਲੀ ਬੈਠਕ ਵਿੱਚ ਕਿਸੇ ਨਵੇਂ ਮੌਜੂ ਨਾਲ ਮੁਲਾਕਾਤ ਹੋਏਗੀ ਅੱਲਾ ਹਾਫਿਜ਼